ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਜਿੱਥੇ ਲੋਕਾਂ ਵਿੱਚ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ, ਉੱਥੇ ਲੋਕਾਂ ਵੱਲੋਂ ਇਹਨਾਂ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਕਈ ਉਮੀਦਵਾਰ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਰਹੇ ਨੇ, ਪਰ ਕਈ ਉਮੀਦਵਾਰ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਨੇ ਤੇ ਭੱਜਣ ਵਾਲੇ ਉਮੀਦਵਾਰਾਂ 'ਚ ਹਰਸਿਮਰਤ ਕੌਰ ਬਾਦਲ ਦਾ ਨਾਮ ਵੀ ਸ਼ਾਮਿਲ ਹੋ ਗਿਆ। ਜੀ ਹਾਂ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜੋ ਕਿ ਬੁਢਲਾਡਾ ਦੇ ਧਰਮਪੁਰਾ ਦੀ ਵੀਡੀਓ ਹੈ, ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕੁਝ ਨੌਜਵਾਨਾਂ ਨੇ ਸਵਾਲ ਪੁੱਛੇ ਨੇ, ਪਰ ਕੁਝ ਲੋਕਾਂ ਨੇ ਉਹਨਾਂ ਨੌਜਵਾਨਾਂ ਨੂੰ ਸਵਾਲ ਹੀ ਨਹੀਂ ਪੁੱਛਣ ਦਿੱਤੇ, ਜਿਸ ਕਾਰਨ ਉੱਥੋਂ ਦੇ ਨੌਜਵਾਨਾਂ 'ਚ ਰੋਸ ਵੀ ਦੇਖਣ ਨੂੰ ਮਿਲਿਆ। ਬਾਕੀ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਵੇਲੇ ਦੀ ਲਾਈਵ ਵੀਡੀਓ ਜੋ ਕਿ ਸੋਸ਼ਲ ਮੀਡੀਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਾਡੇ ਆਪਦੇ ਪਰਿਵਾਰ ਮੇਰੀ ਗੱਲ ਤਾਂ ਮੁਰਦਾਬਾਦ ਦੇਖੋ ਜੀ, ਇੱਥੇ ਸਵਾਲ ਜਵਾਬ ਕਰਨ ਨਹੀਂ ਦਿੱਤੇ ਗਏ, ਕਹਿੰਦੇ ਆ ਫੋਨ ਬੰਦ ਕਰਕੇ ਪਰਸਨਲੀ ਕਰ ਲਓ। ਪਰਸਨਲੀ ਮੇਰਾ ਕੋਈ ਮਸਲਾ ਹੀ ਨਹੀਂ ਹੈ, ਮਸਲਾ ਕੀ ਸੀ ਮੈਂ ਤੁਹਾਨੂੰ ਹੁਣ ਵੀ ਸਾਂਝੇ ਕਰ ਦਿੰਦਾ। ਧਰਮਪੁਰਾ ਪਿੰਡ ਦੇ ਵਿੱਚ 324 ਲੈਟਰਿੰਗਾਂ ਦਾ ਨੀਂਹ ਪੱਥਰ ਰੱਖ ਕੇ ਗਈ ਸੀ ਬੀਬੀ 1-9-2015 ਨੂੰ 324 ਲੈਟਰਿੰਗਾਂ ਦਾ ਨੀਂਹ ਪੱਥਰ ਰੱਖ ਕੇ ਗਈ ਸੀ ਬੀਬੀ ਪਿੰਡ ਧਰਮਪੁਰਾ ਦੇ ਵਿੱਚ 82-82 ਲੈਟਰਿੰਗਾਂ ਬਣਵਾਈਆਂ, ਉਹ ਵੀ ਅਸੀਂ ਧਰਨੇ ਦੇ ਕੇ ਬਣਵਾਈਆਂ, ਇਹਨਾਂ ਨੇ ਨੀ ਬਣਾਏ। ਜਿਹੜੇ ਮਕਾਨ ਗਿਆਨ ਸਿੰਘ ਨੇ ਗੱਲ ਕੀਤੀ ਸੀ ਕਿ 34-35 ਮਕਾਨ ਬਣ ਗਿਆ, ਅਸਲ ਚੋਂ 82 ਮਕਾਨ 84 ਮਕਾਨ ਬਣੇ ਨੇ।
ਔਰ ਉਹ ਮਕਾਨ ਇਹਨਾਂ ਨੇ ਧਰਨੇ ਲੱਗੇ ਸੀ ਬੀ ਡੀ ਪੀ ਓ ਦਫ਼ਤਰ ਜਾ ਕੇ, ਇਹਨਾਂ ਅਕਾਲੀ ਦਲ ਦਾ ਇੱਕ ਵੀ ਬੰਦਾ ਉਸ ਧਰਨੇ ਦੇ ਵਿੱਚ ਸ਼ਾਮਿਲ ਹੋਇਆ ਹੋਵੇ ਤਾਂ ਦੱਸ ਦਿਓ, ਜਿਹਨਾਂ ਦੇ ਮਕਾਨ ਬਣੇ ਸੀ ਜਾਂ ਤਾਂ ਉਹ ਗਏ ਸੀ ਜਾਂ ਅਸੀਂ ਮੈਂ ਗਿਆ ਸੀ ਜਾਂ ਗੁਲਾਬ ਸਿੰਘ ਮੈਂਬਰ ਗਿਆ ਸੀ, ਇਹ ਲੋਕ ਗਏ ਸੀ। ਉਸ ਤੋਂ ਬਾਅਦ ਮੈਂ ਸਵਾਲ ਕਰਨਾ ਸੀ ਕਿ ਜਿਹੜਾ ਸਾਡੇ ਬੁਢਲਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਨਹੀਂ ਜਿੱਥੇ ਲੋਕਾਂ ਦਾ ਇਲਾਜ ਹੋ ਸਕੇ, ਸਾਰੇ ਡਾਕਟਰ ਹੋਣ, ਮਾਨਸਾ ਜ਼ਿਲ੍ਹੇ ਦਾ ਕੋਈ ਸਰਕਾਰੀ ਸਕੂਲ ਨਹੀਂ ਪਿੰਡਾਂ ਦੇ ਵਿੱਚ, ਜਿਹੜੇ ਸਕੂਲ ਦੇ ਵਿੱਚ ਟੀਚਰ 10 ਸਾਲ ਤੋਂ ਪੂਰੇ ਹੋਣ, ਇਹ ਸਵਾਲ ਸੀ। ਔਰ ਪ੍ਰਾਈਵੇਟ ਸਕੂਲ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਸ ਸਕੂਲ ਦੇ ਬਠਿੰਡੇ ਲੱਖੇ ਸਿਧਾਣੀ ਨੇ ਉੱਥੇ ਪਰਦਾਫਾਸ਼ ਕੀਤਾ। ਉਸ ਹਸਪਤਾਲ ਦੇ ਵਿਰੁੱਧ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਕੋਈ ਵੀ ਨੁਮਾਇੰਦਾ ਨਹੀਂ ਬੋਲਿਆ, ਇਕੱਲਾ ਅਕਾਲੀ ਦਲ ਨਹੀਂ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਨਹੀਂ ਬੋਲਿਆ। ਉਹ ਸਵਾਲ ਇਹਨਾਂ ਨੂੰ ਕਰਨਾ ਸੀ ਕਿ ਉਸ ਲੁੱਟ ਨੂੰ ਰੋਕਣ ਵਾਸਤੇ ਤੁਸੀਂ ਕਿਉਂ ਨਹੀਂ ਬੋਲੇ। ਪਾਣੀਆਂ ਦਾ ਮੁੱਦਾ, ਪਾਣੀ ਬਾਹਰਲੇ ਜਦੋਂ ਰਾਜਸਥਾਨ ਤੋਂ ਸਾਨੂੰ ਪੱਥਰ ਮੁੱਲ ਮਿਲਦਾ ਹੈ, ਜਦੋਂ ਸਾਨੂੰ ਕੋਲਾ ਮੁੱਲ ਲੈਣਾ ਪੈਂਦਾ, ਜਦੋਂ ਸਾਨੂੰ ਟੋਟਲੀ ਜਿਹੜੀਆਂ ਬਾਹਰਲੇ ਸਟੇਟਾਂ ਦੇ ਵਿੱਚ ਕੁਛ ਵੀ ਬਣਦਾ ਉਹ ਸਾਨੂੰ ਮੁੱਲ ਲੈਣਾ ਪੈਂਦਾ, ਤਾਂ ਸਾਡਾ ਪਾਣੀ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ, ਪਾਣੀ ਫਰੀ ਕਿਉਂ ਦਿੱਤਾ ਜਾ ਰਿਹਾ ਦੂਜੇ ਸੂਬਿਆਂ ਨੂੰ, ਇਹ ਮੁੱਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿਸ ਨੇ ਕੀਤੀ ਕਿਉਂ ਕੀਤੀ ਇਹ ਵੱਖਰਾ ਵਿਸ਼ਾ, ਇਹ ਦੀ ਜਾਂਚ ਕਰਨੀ ਜ਼ਿੰਮੇਵਾਰੀ ਸੀ ਸਰਕਾਰ ਦੀ। ਉਸ ਵਕਤ ਦੀ ਸਰਕਾਰ ਨੇ ਜ਼ਿੰਮੇਵਾਰੀ ਆਪਦੀ ਨਿਭਾਉਂਦੇ ਹੋਏ ਜਾਂਚ ਕਿਉਂ ਨਹੀਂ ਕੀਤੀ, ਕਿਉਂ ਦੋਸ਼ੀ ਨਹੀਂ ਫੜੇ, ਇਹ ਸਵਾਲ ਕਰਨਾ ਸੀ। ਨਾਲ ਹੀ ਦੂਜਾ ਸਵਾਲ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਜੇਕਰ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੀ ਮਨਜ਼ੂਰੀ ਲਏ ਬਿਨਾਂ ਪੁਲਿਸ ਨੇ ਗੋਲੀ ਚਲਾਈ ਹੈ, ਤਾਂ ਉਹਨਾਂ ਗੋਲੀ ਚਲਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਉੱਥੇ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ, ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਸੀ। ਅਗਲਾ ਸਵਾਲ ਸੀ ਕਿ ਬੀਬਾ ਜੀ ਤੁਹਾਡੀ ਸਰਕਾਰ ਨੇ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ਼ ਕਰਤੇ, ਬਹੁਤ ਵਧੀਆ, ਤੁਸੀਂ ਹਾਲਾ ਮਾਫ਼ ਕਰਤਾ ਉਹ ਵੀ ਤੁਹਾਡਾ ਧੰਨਵਾਦ, ਪਰ ਤੁਸੀਂ ਸਾਡੀ ਇਹ ਕੁਛ ਮਾਫ਼ ਕਰਨ ਦੀ ਬਜਾਏ ਤੁਸੀਂ ਸਾਡੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਸਾਡੀ ਕਣਕ ਦਾ ਭਾਅ 3616 ਰੁਪਏ ਕਿਉਂ ਨਹੀਂ ਕਰ ਦਿੰਦੇ, ਕਿਉਂ ਸਾਡੀ ਕਣਕ 1800 ਰੁਪਏ ਵਿਕ ਰਹੀ ਹੈ, ਅਸੀਂ ਬਿੱਲ ਆਪੀ ਭਰ ਲਾਂਗੇ ਜਦੋਂ ਸਾਡੀ ਕਣਕ 3600 ਨੂੰ ਵਿਕੀ, ਸਵਾਮੀਨਾਥਨ ਦੀ ਰਿਪੋਰਟ ਕਿਉਂ ਲਾਗੂ ਨਹੀਂ ਹੋ ਰਹੀ। ਅਗਲਾ ਮੁੱਦਾ ਸੀ, ਬਾਦਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਅੱਜ ਤੋਂ ਲਗਭਗ 10-15 ਸਾਲ ਪਹਿਲਾਂ ਕਿ ਮੈਨੂੰ ਮੁੱਖ ਮੰਤਰੀ ਬਣਾਓ, ਮੈਂ 1 ਰੁਪਿਆ ਤਨਖਾਹ ਤੇ ਕੰਮ ਕਰਾਂਗਾ, ਅੱਜ ਬਾਦਲ ਸਾਹਿਬ 5 ਲੱਖ ਪਲੱਸ ਪੈਨਸ਼ਨ ਕਿਉਂ ਲੈ ਰਹੇ ਨੇ, ਇਹ ਸਵਾਲ ਸੀ। ਕਹਿੰਦੇ ਜੀ ਤੁਸੀਂ ਫੋਨ ਕੱਟ ਕੇ ਇਕੱਲੇ ਪਰਸਨਲੀ ਜਾ ਕੇ ਮਿਲ ਲਓ, ਅਸੀਂ ਤੁਹਾਡੇ ਵਰਗੇ ਨਹੀਂ ਹੈਗੇ, ਅਸੀਂ ਤਲਬੇ ਚੱਟਣ ਵਾਸਤੇ ਨਹੀਂ ਆਏ, ਸਾਡਾ ਸਵਾਲ ਸੀ ਲੋਕਾਂ ਦੇ ਸਾਹਮਣੇ ਸੱਚ ਜ਼ਾਹਰ ਹੋਵੇ। ਇਹਨਾਂ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ ਗੁਟਕਾ ਫੜ ਕੇ ਗੁਰੂ ਸਾਹਿਬ ਦਾ ਗੁਟਕਾ ਫੜ ਕੇ ਕੈਪਟਨ ਨੇ ਬੇਅਦਬੀ ਕੀਤੀ ਹੈ, ਤਾਂ ਗਲੀਆਂ 'ਚ ਜਦੋਂ ਗੁਰੂ ਰੋਲਿਆ ਉਦੋਂ ਬੇਅਦਬੀ ਨਹੀਂ ਹੋਈ, ਇਹ ਸਵਾਲ ਲੋਕਾਂ ਦੇ ਸਾਹਮਣੇ ਕਰਨੇ ਸੀ। ਪਰ ਕਹਿੰਦੇ ਤੁਸੀਂ ਪਰਸਨਲੀ ਮਿਲੋ, ਪਰਸਨਲੀ ਮਿਲਣ ਦੀ ਬਜਾਏ ਪਹਿਲਾਂ ਉਸ ਤੋਂ ਪਹਿਲਾਂ ਜਦੋਂ ਬੀਬਾ ਜੀ ਬੋਲ ਖੜੇ ਹੋਏ ਸੀ ਉਸ ਵਕਤ ਮੈਂ ਫਤਿਹ ਬੁਲਾ ਕੇ ਗਿਆ ਸੀ, ਮੈਂ ਕਿਹਾ ਬੀਬਾ ਜੀ ਮੈਂ 5 ਸਵਾਲ ਕਰਨੇ ਨੇ, ਉਹਨਾਂ ਨੇ ਉੱਥੇ ਕੁਰਸੀ ਤੇ ਬੈਠ ਕੇ ਸੋਫੇ ਤੇ ਬੈਠ ਕੇ ਇਸ ਤਰ੍ਹਾਂ ਸਿਰ ਮਾਰਤਾ ਸੀ ਕਿ ਮੈਂ ਜਵਾਬ ਨਹੀਂ ਦੇ ਸਕਦੀ। ਜੇ ਭਾਰਤੀ ਸੰਵਿਧਾਨ ਦੇ ਵਿੱਚ ਕੀ ਆਮ ਲੋਕਾਂ ਨੂੰ ਲੀਡਰਾਂ ਨੂੰ ਸਵਾਲ ਕਰਨ ਦਾ ਹੱਕ ਹੈ ਨਹੀਂ, ਜੇ ਇਹ ਸਵਾਲ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਤਾਂ ਕੀ ਇਹ ਭਾਰਤੀ ਸੰਵਿਧਾਨ ਦਾ ਧਿਆਨ ਨਹੀਂ ਕਰ ਰਹੇ, ਕਿਉਂ ਨਹੀਂ ਸਵਾਲ ਜਵਾਬ ਕਰਨ ਦੇਣਾ ਚਾਹੁੰਦੇ। ਅਸੀਂ ਹਰ ਪਾਰਟੀ ਜਿਹੜੀ ਆਵੇਗੀ ਅਸੀਂ ਕੋਸ਼ਿਸ਼ ਕਰਾਂਗੇ, ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਪਾਰਟੀ ਦੇ ਹਰ ਉਮੀਦਵਾਰ ਨੂੰ ਸਵਾਲ ਜਵਾਬ ਕੀਤਾ ਜਾਵੇ, ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਕੀ ਹੈ ਝੂਠ ਕੀ ਹੈ ਉਹ ਆਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।